ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ, ਅੱਜ ਆਪਾਂ ਫਿਰ ਵੀਡੀਓ ਲੈ ਕੇ ਆ ਰਹੇ ਹਾਂ ਕਬੂਤਰਾਂ ਦਾ ਪਾਲਣ ਪੋਸ਼ਣ। ਆਂਡੇ ਤੋਂ ਲੈ ਕੇ ਉੜਨ ਤੱਕ ਦੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰੀਏ, ਡੇਲੀ ਬਾਏ ਡੇਲੀ ਪਾਰਟ ਆਉਣਗੇ ਇਹਦੇ, ਅੱਜ ਪਾਰਟ 1 ਆ, ਹੌਲੀ ਹੌਲੀ ਪਾਰਟ 2 ਪਾਰਟ 3 ਐਵੇਂ। ਆਹ ਦੇਖੋ ਜਿਵੇਂ ਬੱਚਾ ਪਹਿਲਾਂ ਸੀ, ਪਹਿਲਾਂ ਤਾਂ ਇਹਦੇ ਘਰ ਦੇ ਚੋਗਾ ਦਿੰਦੇ ਸੀ, ਪਰ ਜਦ ਉਹਨੇ ਆਪਣਾ ਆਂਡਾ ਰੱਖ ਲਿਆ ਉਦੋਂ ਫਿਰ ਇਹ ਚੋਗਾ ਦੇਣਾ ਘਟਾ ਤਾ। ਇਹੀ ਅਸਲੀ ਟਾਈਮ ਹੁੰਦਾ ਜਦੋਂ ਕਿ ਬੱਚੇ ਦਾ ਪਾਲਣ ਪੋਸ਼ਣ ਆਪਾਂ ਆਪਣੇ ਹੱਥੋਂ ਕਰੀਦਾ। ਜੇ ਆਪਾਂ ਖੁਦ ਆਪਣੇ ਹੱਥੋਂ ਕਰਾਂਗੇ ਤਾਂ ਫਿਰ ਕਬੂਤਰ ਤੰਦਰੁਸਤ ਰਹਿੰਦੇ ਨੇ, ਉੱਡਦੇ ਵੀ ਵਧੀਆ ਨੇ। ਇਹਨੂੰ ਹੁਣ ਪਾਲਣਾ ਕਿਵੇਂ ਆ ਇਹ ਵੀ ਤੁਹਾਨੂੰ ਦੱਸਦੇ ਹਾਂ ਸਾਰੀ ਵੀਡੀਓ 'ਚ। ਵੀਡੀਓ 'ਤੇ ਇਸ ਲਈ ਬਣੇ ਰਹੋ। ਚੋਗਾ ਦੇਣ ਦਾ ਵੀ ਢੰਗ ਦੱਸਦੇ ਬੋਤਲ ਨਾਲ ਕਿਵੇਂ ਚੋਗਾ ਦਿੱਤਾ ਜਾ ਸਕਦਾ। ਪਹਿਲਾਂ ਪਾਣੀ ਇੱਕ ਵਾਰੀ ਸਾਰਿਆਂ ਦਾ ਬਦਲਾਂਗੇ, ਤਾਜ਼ਾ ਪਾਵਾਂਗੇ ਇਹਨਾਂ ਨੂੰ, ਪੁਰਾਣਾ ਡੋਲ ਕੇ ਧੋ ਕੇ ਚੰਗੀ ਤਰ੍ਹਾਂ ਕੌੜੀ ਉਹ ਭਰ ਚੁੱਕੇ ਹਾਂ ਆਪਾਂ, ਬਾਕੀ ਖੁੱਡਿਆਂ 'ਚ ਵੀ ਪਾਵਾਂਗੇ। ਦਿਖਾਉਣਾ ਮੈਂ ਤੁਹਾਨੂੰ ਸਾਰੇ। ਲਿਆਏ ਪਾਣੀ ਭਰ ਕੇ, ਐਨ ਚੰਗੀ ਤਰ੍ਹਾਂ ਇਹਨੂੰ ਹੱਥ ਮਾਰ ਮਾਰ ਕੇ ਸਾਫ ਕਰਕੇ ਫਿਰ ਇਹਨਾਂ 'ਚ ਪਾਣੀ ਭਰ ਕੇ ਦੇਣਾ। ਲਓ ਦੇਖੋ ਜੀ, ਕਣਕ ਸਰੋਂ ਅਤੇ ਫੀਡ ਇਹਦੇ ਵਿੱਚ ਮਿਕਸ ਕਰਤੀ ਆਪਾਂ ਬਚੇ ਕਰਕੇ, ਠੀਕ ਹੈ। ਇਹ ਉੱਪਰ ਥੱਲੇ ਆਪਾਂ ਬਦਲ ਦਿੰਦੇ ਹਾਂ ਤਾਂ ਜੋ ਕਬੂਤਰ ਚੋਣ ਚੰਗੀ ਤਰ੍ਹਾਂ, ਅਤੇ ਚੋਗਾ ਦੇਣ ਜਦੋਂ ਵੀ ਆਪਾਂ ਬਦਲੀਏ। ਜੇ ਸਾਰਾ ਦਿਨ ਪਿਆ ਰਹਿੰਦਾ ਇਹਨਾਂ ਦੇ ਮੂਹਰੇ ਫਿਰ ਇੱਕ ਅੱਧੀ ਵਾਰੀ ਚੋਗਾ ਦੇ ਕੇ ਹਟ ਜਾਂਦੇ ਨੇ। ਚਲੋ ਆਹ ਦੇਖੋ, ਅਸੀਂ ਇਹ ਹਜੇ ਕੱਲ ਭਰਿਆ ਸੀ, ਦੇਖੋ ਕਿੰਨਾ ਗੰਦਾ ਹੋ ਗਿਆ। ਹੁਣ ਜਦ ਧੋ ਕੇ ਲੈ ਕੇ ਆਵਾਂਗੇ ਉਦੋਂ ਦੇਖਿਓ ਕਿੰਨਾ ਸਾਫ਼ ਹੋ ਜਾਣਾ। ਇਹੀ ਤਾਂ ਫਰਕ ਹੈ ਜੇ ਧੋਤਾ ਹੋਇਆ ਹੁੰਦਾ। ਆਪਾਂ ਵੀ ਤਾਂ ਦੇਖਦੇ ਹਾਂ ਜਦ ਆਪਾਂ ਸਾਫ਼ ਸੁਥਰੇ ਰਹਿੰਦੇ ਤਾਂ ਬਿਮਾਰੀਆਂ ਵੀ ਘੱਟ ਲੱਗਦੀਆਂ ਨੇ। ਆ ਦੋ ਬੱਚੇ ਨੇ,
ਇੱਕੇ ਜੋੜੀ ਦੇ ਰਹਿ ਜਾਂਦੇ ਇਹ ਉਹਨਾਂ ਨਾਲ ਥੋੜੇ ਬੜੇ ਨੇ ਤਰ ਕਹਿੰਦੇ ਖੰਭੂ ਖੰਭ ਆਏ ਹੋਏ ਨੇ ਜੋੜੀ ਨੇ ਆਂਡੇ ਰੱਖੇ ਹੋਏ ਨੇ ਦੋ ਇਹਦੇ ਵਿੱਚ ਛੋਟੀ ਛੋਟੀ ਬੱਚਾ ਹੈ ਇੱਕੇ ਆ ਬੱਚਾ ਬਸ ਇਹਨੇ ਆ ਦੇਖੋ ਇੱਕ ਬੱਚਾ ਕੱਢਿਆ ਹੋਇਆ ਹੁਣ ਆਂਡੇ ਲਾਏ ਹੋਏ ਨੇ ਜਿਹਦੇ ਕਰਕੇ ਕਿ ਹੁਣ ਇਹਨੂੰ ਚੋਗਾ ਘੱਟ ਮਿਲਦਾ ਹੈ ਤਾਂ ਕਰਕੇ ਇਹਨੂੰ ਹੱਥੋਂ ਚੋਗਾ ਦੇਣਾ ਪੈਂਦਾ ਆ ਦੋ ਬੱਚੇ ਨੇ ਇਹਨੇ ਵੀ ਆਂਡੇ ਰੱਖੇ ਹੋਏ ਨੇ ਹਜੇ ਤਾਂ ਦੋ ਆਂਡੇ ਨੇ ਇਹਦੇ ਦੇਖਦੇ ਹੁਣ ਬੱਚਾ ਨਿਕਲਦਾ ਕਿ ਨਹੀਂ ਇੱਥੇ ਵੀ ਆਂਡੇ ਰੱਖੇ ਹੋਏ ਨੇ ਆ ਉਹਨਾਂ ਦੀ ਮਾਤਾ ਹੈ ਇੱਧਰ ਵੀ ਦੋ ਬੱਚੇ ਨੇ ਇਹ ਵੀ ਅਜੇ ਹੈਗੇ ਤਾਂ ਛੋਟੇ ਹੀ ਨੇ ਇਹਨਾਂ ਦੀ ਮੰਮੀ ਆ ਤੇ ਪਿੱਛੇ ਇਹਨਾਂ ਦੇ ਨਿਆਣੇ ਇਹਨਾਂ ਨੇ ਨਾ ਹਜੇ ਬੱਚੇ ਦਿੱਤੇ ਨਾ ਹਜੇ ਦਿੱਤੇ ਆਂਡੇ ਇਹਨਾਂ ਦੀ ਮਾਤਾ ਨੇ ਇੱਕ ਆਂਡਾ ਵੀ ਦੇਤਾ ਤੇ ਦੋ ਬੱਚੇ ਵੀ ਕੀਤੇ ਹੋਏ ਨੇ ਇੱਧਰ ਆਂਡਿਆਂ ਤੇ ਬੈਠੇ ਹੋਏ ਆ ਇੱਕ ਆਂਡਾ ਹੀ ਹਜੇ ਇਹਦੇ ਦੋ ਆਂਡੇ ਰੱਖੇ ਹੋਏ ਨੇ ਉਹਦੇ ਵੀ ਹਜੇ ਆਂਡੇ ਹੀ ਨੇ ਹਾਂਜੀ ਆ ਹੁਣ ਜਿਹੜਾ ਤੁਹਾਨੂੰ ਦੱਸਿਆ ਸੀ ਕਿ ਹੱਥੋਂ ਚੋਗਾ ਇਹ ਐਵੇਂ ਥੋੜੀ ਸਰੋਂ ਵਿੱਚ ਪਾ ਲੈਣੀ ਠੀਕ ਆ ਜੀ ਇੰਨੀ ਇਹ ਹੋ ਗਈ ਹੁਣ ਇੱਥੇ ਤੱਕ ਇਹਨੂੰ ਪਾਣੀ ਨਾਲ ਭਰ ਲਾਂਗੇ ਆ ਕੱਟ ਕੇ ਉੱਤੇ ਸਰਿੰਜਾ ਕੱਟ ਕੇ ਲਾ ਦਈਏ ਦੋ ਤੋਂ ਵੀ ਵੱਧ ਗੁਣਾ ਪਾਣੀ ਪਾਉਣਾ ਦੋ ਗੁਣਾ ਤਾਂ ਘੱਟੋ ਘੱਟ ਪਾਣੀ ਚਾਹੀਦਾ ਹੀ ਆ ਠੀਕ ਆ ਜੀ ਇਹਨੂੰ ਐਂ ਹਿਲਾ ਲਓ ਰਲ ਜੂ ਸਰੋਂ ਵਾਰ ਫੀਡ ਥੋੜ੍ਹੀ ਦੇਰ ਇਹਨੂੰ ਭਿੱਜ ਲੈਣ ਤੋਂ ਤਾਂ ਜੋ ਫੀਡ ਚੰਗੀ ਤਰ੍ਹਾਂ ਗਲ ਜੂ ਹੈ ਨਾ ਮਿਕਸ ਹੋ ਜੂਗੀ ਠੀਕ ਆ ਜੀ ਪਾਣੀ ਦੇ ਵਿੱਚ ਜਿਹੜਾ ਪਾਣੀ ਇਹਦੇ ਵਿੱਚ ਸਾਰਾ ਫੀਡ ਦਾ ਅਸਰ ਆਜੂਗਾ ਇਹਨੂੰ ਇੱਦਾਂ ਭਰ ਕੇ ਰੱਖ ਲਓ ਅਤੇ ਦੇਣੀ ਕਿਵੇਂ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਇਹਨੂੰ ਦੋ ਪੰਜ ਕੁ ਮਿੰਟ ਪਹਿਲਾਂ ਇੱਦਾਂ ਰੱਖ ਲਓ ਪੰਜ ਮਿੰਟ ਇਹਨੂੰ ਇੱਦਾਂ ਰੱਖ ਲਓ ਤਾਂ ਜੋ ਇਹ ਘੁਲ ਜਾਵੇ ਚੰਗੀ ਤਰ੍ਹਾਂ ਠੀਕ ਹੈ ਜੀ ਅਤੇ ਜਿੱਦਾਂ ਬੱਚੇ ਨੇ ਠੀਕ ਹੈ ਜੀ ਇਹਨਾਂ ਨੇ ਜੋੜੀਆਂ ਨੇ ਆਂਡੇ ਲਾਹ ਲਏ ਤੁਸੀਂ ਦੇਖੀ ਆ ਜੋੜੀਆਂ ਨੇ ਆਂਡੇ ਤਾਰ ਲਏ ਨੇ ਅਤੇ ਬੱਚਿਆਂ ਨੂੰ ਚੋਗਾ ਦੇਣਾ ਕੱਢ ਕੇ
ਦੇਖੋ ਪ੍ਰੋਪਰ ਕਿੰਨੇ ਸੋਹਣੇ ਬੱਚੇ ਪਲੇ ਆ, ਠੀਕ ਹੈ ਜੀ। ਅਤੇ ਬੱਚੇ ਆ ਵੀ ਬਹੁਤ ਸੋਹਣੇ ਪਾਲਣੇ ਸੀਗੇ, ਅਤੇ ਇਹ ਨਾ ਗਰਮੀ ਕਰਕੇ ਥੋੜ੍ਹਾ ਜਿਹਾ ਸੀਗਾ ਚੱਕਰ, ਫੀਡ ਲਿਆਉਂਦੀ ਆਪਾਂ ਪਹਿਲੀਆਂ ਵੀਡੀਓ ਤੁਸੀਂ ਦੇਖੀਆਂ ਨੇ ਕਿੰਨੇ ਕਮਜ਼ੋਰ ਸੀ ਵੀਡੀਓ, ਜਿੱਦਣ ਦੀ ਫੀਡ ਦੇਣ ਲੱਗੇ ਨਾ ਆਪਾਂ ਉੱਦਣ ਦੇ ਬੱਚਿਆਂ ਦਾ ਫਰਕ ਪੈ ਗਿਆ ਜੀ, ਇਹਨਾਂ ਦੇ ਖੰਭਾਂ ਦੇ ਵਿੱਚ ਖੂਨ ਸੁੱਕਣ ਲੱਗ ਗਿਆ ਸੀ ਗਰਮੀ ਨਾਲ, ਅਤੇ ਪ੍ਰੋਪਰ ਸਾਰਿਆਂ ਜਾ ਗਿਆ ਦੇਖੋ, ਆ ਦੁਬਾਰਾ ਖੰਭਾਂ 'ਚ ਖੂਨ ਆਇਆ, ਉਹਦੇ ਕਰਕੇ ਖੰਭ ਥੋੜ੍ਹੇ ਖਰਾਬ ਨੇ ਇਹਨਾਂ ਦੇ, ਹਲਕੇ ਹੋ ਗਏ ਸੀ ਅਤੇ ਹੁਣ ਬਿਲਕੁਲ ਸਹੀ ਨੇ ਜੀ। ਨਾਲ ਆਪਾਂ ਹੁਣ ਚੋਗਾ ਦਿੰਦੇ ਇਹਨਾਂ ਨੂੰ, ਠੀਕ ਹੈ ਜੀ। ਅਤੇ ਬਾਕੀ ਆ ਸਹੀ ਆ, ਦੋ ਬੱਚੇ ਉਹ ਜ਼ਿਆਦਾ ਹੋ ਗਏ ਸੀਗੇ ਅਤੇ ਦੋ ਤਿੰਨ ਬੱਚੇ ਆ ਹੋ ਗਏ ਸੀਗੇ ਜ਼ਿਆਦਾ, ਠੀਕ ਹੈ ਜੀ। ਲੋਕ ਫੀਡ ਤੋਂ ਬਾਅਦ ਇਕੱਲਾ ਇਕੱਲਾ ਖੰਭ ਆਉਣ ਲੱਗ ਗਿਆ ਜੀ, ਪਹਿਲਾਂ ਇਹਨਾਂ ਦੇ ਖੰਭ ਸਾਰੇ ਹੀ ਮਰ ਗਏ ਸੀ ਦੇਖੋ, ਸਾਰੇ ਨਵੇਂ ਤੁਰ ਪਏ ਨੇ, ਦੇਖੋ ਤੁਹਾਡੇ ਸਾਹਮਣੇ ਆ ਬੱਚੇ, ਸਾਰੇ ਖੰਭ ਦੁਬਾਰਾ ਤੁਰ ਪਏ ਨੇ ਜੀ, ਫੀਡ ਨਾਲ ਇੰਨਾ ਫਰਕ ਪੈਂਦਾ। ਇਹ ਬੱਚੇ ਵੀ ਉਹ ਵੱਡੇ ਬੱਚਿਆਂ ਦੇ ਬਰਾਬਰ ਦੇ ਨੇ ਜੀ, ਇੱਕ ਉਮਰ ਦੇ ਨੇ ਇਹ, ਤਾਂ ਬਸ ਬਚਾਏ ਨੇ ਬਹੁਤ ਔਖੇ, ਜਿੱਦਣ ਦੀ ਜਾਣੀ ਫੀਡ ਪਾਉਣ ਲੱਗ ਗਏ ਆਪਾਂ, ਨਾਲ ਚੋਗਾ ਦੇਣ ਲੱਗ ਗਏ ਅਤੇ ਬੱਚਿਆਂ ਦੀ ਗਰੋਥ ਹੋਣ ਲੱਗ ਗਈ ਇਹਨਾਂ ਦੀ, ਠੀਕ ਹੈ ਜੀ। ਅਤੇ ਆ ਜਿਹੜੇ ਛੋਟੇ ਬੱਚੇ ਬਾਅਦ 'ਚ ਕੱਢੇ ਨੇ ਦੇਖੋ, ਇਹ ਸਾਰੇ ਸਹੀ ਆ, ਪ੍ਰੋਪਰ ਪਲ ਰਹੇ ਨੇ, ਠੀਕ ਹੈ ਜੀ। ਲੋਕ ਇਹਨਾਂ ਦੀ ਗਰੋਥ ਪੂਰੀ ਸਹੀ ਆ, ਫੀਡ ਨਾਲ ਬਹੁਤ ਅਸਰ ਆ ਵੀਰੇ, ਪਰ ਪਾਓ ਹਿਸਾਬ ਨਾਲ। ਕਈ ਵੀਰ ਕਹਿ ਦਿੰਦੇ ਨੇ ਫੀਡ ਪੋਟਿਆਂ 'ਚ ਜੰਮਣ ਲੱਗ ਜਾਂਦੀ ਆ, ਬਾਈ ਸਵੇਰੇ ਇਹਨਾਂ ਨੂੰ ਪਾਣੀ ਦੇ ਦਿਆ ਕਰੋ, ਜਿਹਦੇ ਮਾੜੀ ਮੋਟੀ ਜੰਮਦੀ ਆ ਅਤੇ ਉਹਨੂੰ ਉੱਦਣ ਫੀਡ ਨਾ ਦਿਆ ਕਰੋ, ਠੀਕ ਹੈ ਜੀ। ਆਪਣੇ ਕੋਲ ਬਹੁਤ ਵਧੀਆ ਰਿਜ਼ਲਟ ਆ ਜੀ। ਲੋ ਆਹ ਦੇਖੋ ਕਿੰਨੇ ਸੋਹਣੇ ਪਲੇ ਨੇ ਜੀ ਬੱਚੇ, ਇਹ ਫੀਡ ਕਰਕੇ ਆ ਜੀ। ਠੀਕ ਹੈ ਜੀ, ਅਤੇ 5 ਮਿੰਟ ਤੱਕ ਤੁਹਾਨੂੰ ਦਿਖਾਉਂਦੇ ਜੀ ਫੀਡ ਦੇਣ ਦਾ ਤਰੀਕਾ ਵੀ, ਆਹ ਦੇਖ ਲਓ। ਅਤੇ ਆਹ ਜੋੜੀ ਨੇ ਵੀ ਕਾਂਡਾ ਲਾ ਲਿਆ ਦੁਬਾਰਾ, ਚੋਗਾ ਜਦੋਂ ਘੱਟ ਜਾਂਦੇ ਨੇ ਕਬੂਤਰ, ਇਹੀ ਟਾਈਮ ਆਉਂਦਾ ਜੀ। ਇਹ ਫੀਡ ਵੀ ਦੇ ਸਕਦੇ ਹਾਂ ਆਪਾਂ ਥੋੜ੍ਹੀ ਬਹੁਤੀ, ਚਾਹੇ ਕਾਲੇ ਛੋਲੇ ਭਿਉਂ ਕੇ ਦੇਣ ਲਾ ਜੋ ਜੀ, ਉਹ ਵੀ ਵਧੀਆ ਚੀਜ਼ ਆ, ਠੀਕ ਹੈ ਜੀ। ਉਹਨੂੰ ਥੋੜ੍ਹਾ ਟਾਈਮ ਲੱਗਦਾ, ਫੀਡ ਨੂੰ ਟਾਈਮ ਨਹੀਂ ਲੱਗਦਾ ਜੀ ਦੇਣ ਨੂੰ, ਫੀਡ ਤੁਹਾਡੇ ਸਾਹਮਣੇ ਦੇਵਾਂਗੇ, 2 ਮਿੰਟ ਦੇ ਵਿੱਚ ਸਾਰਿਆਂ ਨੂੰ ਦੇ ਦੇਣੀ ਆਪਾਂ ਮਾੜੀ ਮਾੜੀ। ਅਤੇ ਰਾਤ ਨੂੰ ਜ਼ਰੂਰ ਸ਼ਾਮ ਨੂੰ ਉਹਨਾਂ ਨੂੰ ਰਜਾ ਦਿਆ ਕਰੋ, ਦੇਣੇ ਕੋਈ ਚੱਕਰ ਨਹੀਂ ਐਡਾ, ਅੰਡਿਆਂ 'ਤੇ ਬੈਠੀ ਆਪਣੀ, ਠੀਕ ਹੈ ਜੀ। ਅਤੇ ਇੱਕ ਬੱਚਾ ਬੈਠਾ ਉੱਪਰ, ਆਪਣੇ ਆਹ ਜੋੜੀ ਨੇ ਵੀ ਕੱਢ ਲਏ ਜੀ, ਦੋਵੇਂ ਬੱਚੇ ਕੱਢੇ ਦੇ ਨੇ, ਦੋਵੇਂ ਬੱਚੇ ਆਹ ਜੋੜੀ ਨੇ ਆਪਣੀ ਨੇ, ਠੀਕ ਹੈ ਜੀ। ਅਤੇ ਆਹ ਜੋੜੀ ਦੀ ਬੱਚੀ ਆ ਕਾਕੇ ਵਾਲੀ ਜੋੜੀ, ਜਿਹੜੀ ਧਾਪ ਵਾਲੀ ਆਪਣੇ ਕੋਲ ਵੱਡੀ, ਉਹਦੇ ਬੱਚਾ ਜੀ, ਇੱਕ ਥੱਲੇ ਉਤਰਿਆ ਹੋਇਆ ਚਿੱਟੇ ਰੰਗ ਦਾ, ਇੱਕ ਆ ਫੇਰ ਧਾਪ ਵਾਲਾ ਕੱਢਿਆ ਨੇ ਇਸ ਵਾਰ, ਇੱਦਾਂ ਹੀ ਕਈ ਵਾਰੀ ਚਿੱਟੇ ਵੀ ਕੱਢਦੀ। ਇੱਥੇ ਆਹ ਬੈਠੇ ਗਾ ਬੱਚਾ ਥੱਲੇ ਉਤਰਿਆ ਹੈ, ਦੋ ਬੱਚੇ ਨੇ, ਚੋਗਾ ਘੱਟ ਦਿੰਦੇ ਸੀਗੇ ਇਸ ਵਾਰ, ਅਤੇ ਫੀਡ ਨਾਲ ਹੁਣ ਫਰਕ ਆ, ਠੀਕ ਹੈ ਜੀ। ਆਹ ਚਿੱਟਾ ਕੱਢਿਆ ਸਾਫ, ਵੜ ਜਾਣਗੇ ਪਤੰਦਰ ਆਪਣੇ ਵੀ ਵੱਡੀਆਂ ਛੱਡੀਆਂ ਹੋਈਆਂ ਨੇ, ਹਲੇ ਇਹਨਾਂ ਦੇ ਲਾਏ ਨਹੀਂ ਗੇ ਜੋੜੇ, ਅਤੇ ਲਾਵਾਂਗੇ ਇਹਨਾਂ ਦੇ ਜੋੜੇ, ਬੈਠੀਆਂ ਨੇ ਜੀ, ਠੀਕ ਹੈ ਜੀ। ਅਤੇ ਆਹ ਕਬੂਤਰੀ ਵਿੱਚ ਦੋ ਥੋੜ੍ਹੇ ਕਬੂਤਰੀਆਂ ਸੇਲ ਕਰਾਂਗੇ ਬਾਈ, ਪੈਸਿਆਂ ਦੀ ਲੋੜ ਆਪਾਂ ਨੂੰ, ਜੇ ਕਿਸੇ ਬੰਦੇ ਨੇ ਲੈਣੀ ਉਹੀ ਕਾਲ ਕਰਿਓ ਬਾਈ, ਜਾਨਵਰ ਦੇਖ ਕੇ ਉਹਦੇ ਅਕੋਰਡਿੰਗ ਰੇਟ ਹੋਣਗੇ, ਠੀਕ।
ਠੀਕ ਹੈ ਜੀ, ਆਪਣੀ ਮਰਜ਼ੀ ਨਾਲ ਪੜ੍ਹ ਸਕਦੇ ਹੋ ਤੁਸੀਂ। ਅਤੇ ਸੇਲ ਵੀ ਨੇ ਜੀ ਵਿੱਚ, ਠੀਕ ਹੈ ਜੀ। ਇੱਕ ਆਪਣਾ ਜਿਹੜਾ ਬੱਚਾ ਮੋਟਰਸਾਈਕਲ ਜੱਤੀ ਸੀ ਬਾਈ, ਉਹਦੇ ਫੁੱਲ ਪੈਸੇ ਦੇਵਾਂਗੇ। ਆ ਬੈਠੀ ਹੈ ਸ਼ਾਰਪ ਮੋਟਰਸਾਈਕਲ ਜੱਤੂ ਪੱਠੀ ਹੈ ਆਪਣੀ, ਠੀਕ ਹੈ ਜੀ। 50,000 ਦੀ ਸੇਲ ਕਰਾਂਗੇ ਜੇ ਕਿਸੇ ਵੀਰ ਨੇ ਲੈਣੀ ਹੋਈ, ਠੀਕ ਹੈ ਜੀ। ਮੋਟਰਸਾਈਕਲ ਜੱਤੂ ਹੈ, ਦੂਜੀ ਗਲੀ ਦਿਓ ਮੋਟਰਸਾਈਕਲ ਜੱਤੀ ਜੀ ਹੈ। ਇਹਦੇ ਬੱਚੇ ਬਹੁਤ ਚੰਗੇ ਉੜਦੇ ਨੇ ਜੀ, ਠੀਕ ਹੈ ਜੀ। ਆਪਾਂ ਨੂੰ ਲੋੜ ਆ ਪੈਸਿਆਂ ਦੀ, ਅਤੇ ਆ ਵੀਡੀਓ 'ਚ ਦੇਖ ਸਕਦੇ ਹੋ ਤੁਸੀਂ ਜਦੋਂ ਵੀ ਲੈਣੀ ਹੋਈ, ਜਿਹੜੇ ਮੇਰੇ ਵੀਰ ਨੇ ਲੈ ਸਕਦੇ ਹੋ। ਬਾਕੀ ਜੋੜਿਆਂ 'ਚੋਂ ਸੇਲ ਕਰ ਦਾਂਗੇ, ਜੋੜੇ ਲਾਏ ਹੋਏ ਨੇ ਜਿਹੜੇ ਉਹਨਾਂ ਦੇ ਵਿੱਚੋਂ ਵੀ ਸੇਲ ਕਰ ਦਾਂਗੇ। ਕਈ ਵਾਰੀ ਬੰਦਿਆਂ ਨੂੰ ਹੁੰਦਾ ਵੀ ਪਤਾ ਨਹੀਂ ਇਹ ਟੁੱਟ ਬੈਠੀਆਂ ਤਾਂ ਸੇਲ ਕਰਨੀਆਂ, ਬਾਈ ਉਹੀ ਬਲੱਡ ਲਾਈਨ ਆਊਗਾ, ਉਹੀ ਇਹ ਆ, ਸੇਮ ਨੇ, ਬਸ ਬੰਦ ਕਰੇ ਹੋਏ ਨੇ ਆਪਾਂ ਨੇ ਉਹੀ ਨਸਲ ਦੇ, ਠੀਕ ਹੈ ਜੀ। ਅਤੇ ਉਹਨਾਂ 'ਚ ਵੀ ਆ ਜੋੜੇ ਲਾਏ ਹੋਏ ਨੇ। ਜੇ ਬੰਦਾ ਪੈਸੇ ਖਰਚੂਗਾ ਤਾਂ ਬਾਈ ਚਾਹੇ ਇੱਧਰ ਜੋੜੇ ਲੱਗਿਆਂ 'ਚ ਜੋੜੇ ਕਰਕੇ ਲੈ ਜਾਣ, ਠੀਕ ਹੈ ਜੀ। ਫੁੱਲ ਬੱਚੇ ਕਢਾ ਰਹੇ ਹਾਂ ਆਪਾਂ। ਲਓ ਜੀ, 5 ਕੁ ਮਿੰਟ ਹੋ ਚੁੱਕੇ ਨੇ, ਆਪਾਂ ਤੁਹਾਨੂੰ ਚੋਗਾ ਦੇਣਾ ਦੱਸਦੇ ਹਾਂ ਕਿਵੇਂ ਆ। ਬਾਕੀ ਉੱਧਰ ਦੂਏ ਖੁੱਡਿਆਂ ਦੇ ਵਿੱਚ ਪਾਉਣਾ ਦਾਣਾ ਪਾਣੀ ਖੜੀ ਪੁੱਤ। ਲਓ ਜੀ, ਮੈਂ ਹਰਾ ਲਓ ਚੋਗਾ ਦੇਣਾ ਬਹੁਤ ਸੌਖਾ ਜੀ। ਖੜ ਲਿਆ ਬੱਚਾ ਆਪਾਂ ਨੇ ਹਿਲਾ ਕੇ, ਬਸ 2 ਪੰਪੇ ਦੇਣੇ ਆ, ਦੇਖ ਲਓ ਟੋਟਾ ਡਾਇਟ ਆ ਜੀ। ਲਓ ਜੀ, ਬਹੁਤ ਜਲਦੀ ਆ, ਬਹੁਤ ਸੌਖਾ ਚੋਗਾ ਦੇਣਾ ਇਹਨਾਂ ਨੂੰ। ਜੇ ਪਾਣੀ ਘੱਟ ਰੱਖਾਂ ਫਿਰ ਉੱਗ ਜਾਂਦੀ ਹੈ, ਇਹ ਹਿਲਾਉਣ ਦਾ ਕਾਰਨ ਇਹੀ ਹੈ ਤਾਂ ਜੋ ਆਪਾਂ ਨੂੰ ਔਖਾ ਨਾ ਹੋਵੇ ਚੋਗਾ ਦੇਣਾ, ਠੀਕ ਹੈ ਜੀ। ਜਿਹੜੇ ਬੱਚਿਆਂ ਨੂੰ ਚੋਗਾ ਘੱਟ ਹੁੰਦੇ ਨੇ ਜੋੜੇ, ਉਹਨਾਂ ਨੂੰ ਤੁਸੀਂ ਆਪ ਦੇ ਸਕਦੇ ਹੋ, ਅਤੇ ਤੁਹਾਨੂੰ ਬੱਚੇ ਪਲੇ ਹੋਏ ਬਾਅਦ 'ਚ ਰੋਜ਼ ਬਾਈ ਰੋਜ਼ ਦਿਖਾਵਾਂਗੇ ਵੈਸੇ ਬੱਚੇ ਵੀ ਕਿਵੇਂ ਦੇ ਪਲ ਰਹੇ ਨੇ ਆਪਣੇ, ਅਤੇ ਤੁਸੀਂ ਖੁਦ ਦੇਖ ਸਕਦੇ ਹੋ ਬਈ ਫਰਕ ਤੁਹਾਨੂੰ ਆਪ ਹੀ ਪਤਾ ਲੱਗ ਜਾ ਕਰਨ। ਹੁਣ ਇਹਨਾਂ ਦੀ ਬੱਚਿਆਂ ਦੀ ਹਾਲਤ ਦੇਖੀ ਹੋ ਤੁਸੀਂ, ਜਿਹੜੇ ਕਮਜ਼ੋਰ ਸੀ ਜਦੋਂ ਪਲ ਗਏ ਪੂਰੇ, ਉਦੋਂ ਤੁਸੀਂ ਦੇਖੋਗੇ। ਬਹੁਤ ਜ਼ਿਆਦਾ ਸੌਖਾ ਦੇਣਾ ਇਹਨਾਂ ਨੂੰ ਥੋੜ੍ਹਾ ਥੋੜ੍ਹਾ ਹੀ ਆ ਆਪਾਂ ਨੇ, ਤਾਂ ਜੋ ਇਹ ਆਪਣੇ ਮਾਂ ਬਾਪ ਤੋਂ ਵੀ ਯੋਗਾ ਰਹਿ ਸਕਦਾ। ਜੇ ਆਪਾਂ ਜ਼ਿਆਦਾ ਰਜਾ ਦਾਂਗੇ ਫਿਰ ਮਾਂ ਬਾਪ ਤੋਂ ਯੋਗਾ ਨਹੀਂ ਲੈਣਗੇ, ਯੋਗਾ ਦੇਣ ਹਟ ਜਾਣਾ ਨਹੀਂ। ਸਿਰਫ ਤਾਂ ਆਪਾਂ ਦੇਣਾ ਵੀ ਕਮਜ਼ੋਰ ਨਾ ਹੋ, ਆਂਡੇ ਲਾਹ ਰਹੇ ਨੇ, ਜਦੋਂ ਆਂਡੇ 2 ਪ੍ਰੋਪਰ ਪੂਰੇ ਕਰ ਲਏ ਇਹਨਾਂ ਨੇ ਫਿਰ ਯੋਗਾ ਆਪਣੇ ਦੇਣ ਲੱਗ ਜਾਣਾ, ਠੀਕ ਹੈ ਜੀ। ਬਾਕੀ ਜਿਹਨਾਂ ਦੇ ਥੱਲੇ ਆਂਡੇ ਹੈ ਨਹੀਂ ਹਲੇ, ਉਹ ਯੋਗਾ ਪ੍ਰੋਪਰ ਸਹੀ ਦੇ ਰਹੇ ਨੇ, ਉਹਨਾਂ ਨੂੰ ਦੇਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ, ਠੀਕ ਹੈ। ਉਹ ਆਪਾਂ ਜੋੜਿਆ ਵੀ ਖਰਾਕ ਮਾਰ ਦਿੰਦੇ ਹਾਂ, ਯੋਗਾ ਆਪੇ ਦੇ ਦੇਣਾ ਬਸ। ਜਿਹੜਾ ਕੋਈ ਜੋੜਾ ਆਪਾਂ ਨੂੰ ਲੱਗਦਾ ਵੀ ਘੱਟ ਦਿੰਦਾ ਸੀਗਾ, ਉਹਨਾਂ ਨੂੰ ਬੱਚਿਆਂ ਨੂੰ ਤੁਸੀਂ ਆਪ ਦੇ ਦਿਆ ਕਰੋ, ਉੱਥੇ ਇਹਦਾ ਫਾਇਦਾ ਹੀ ਆ ਜੀ ਆਪਾਂ ਨੂੰ। ਬੱਚੇ
ਬੱਚੇ ਤੰਦਰੁਸਤ ਰਹਿਣ ਤਾਂ ਜੀ। ਠੀਕ ਹੈ ਜੀ, ਇਹਨਾਂ ਨੂੰ ਚੋਗਾ ਬਹੁਤ ਵਧੀਆ ਜੋੜਾ ਦਿੰਦਾ ਹਲੇ ਆਂਡਿਆਂ ਦੇ ਮਗਰ ਹੋਇਆ ਨੀਗਾ। ਵੀਡੀਓ ਬਹੁਤ ਲੰਬੀ ਹੋ ਗਈ ਜੀ, ਕੱਲ ਨੂੰ ਦਿਖਾਵਾਂ ਬਾਕੀ ਤੁਹਾਨੂੰ ਪਾਰਟ 2 'ਚ ਲਗਾਤਾਰ 1.5-2 ਮਹੀਨੇ ਪਾਵਾਂਗੇ ਜੀ ਆਪਾਂ, ਜਿੰਨੀ ਦੇਰ ਬੱਚੇ ਉੱਡਣ ਨਹੀਂ ਲੱਗਦੇ।